ਆਪਣੇ ਪੁੱਤ ਨੂੰ ਕਹਿ ਰਹੀ ਹੈ ਕਿ ਇਹ ਮੇਰੇ ਜਿਸਮ ਦੇ ਟੁਕੜੇ, ਮੈਥੋਂ ਇਹ ਸਹਿ ਨਹੀਂ ਹੋਣਾ। ਮਰੀ ਉਹ ਮਾਂ ਵੀ ਸੀ ਜਿਸ ਨੇ ਪੁੱਤ ਨੂੰ ਮਰਦੇ ਵੇਖਿਆ। ਨਸ਼ੇ ਤੋਂ ਪਾਰ ਪਾਲਾ ਪੁੱਤ, ਮਰਦੀ ਮਾਂ ਬਚਾਲਾ ਪੁੱਤ, ਮੈਂ ਤੇਰੀ ਚਿਲਮ ਚੋਂ ਚਿਤਾ ਨੂੰ ਬਲਦੇ ਵੇਖਿਆ, ਮੈਂ ਤੇਰੀ ਚਿਲਮ ਚੋਂ ਚਿਤਾ ਨੂੰ ਬਲਦੇ ਵੇਖਿਆ। ਸੋ ਇਹ ਪਿਕਚਰ ਹੈ ਪੰਜਾਬ ਦੇ ਦੁਕਾਨ 'ਤੇ, ਇਹ ਤੁਸੀਂ ਜ਼ਰੂਰ ਦੇਖ ਕੇ ਆਇਓ। ਉਹ ਕਿਉਂਕਿ ਕਹਿਣਾ ਇਸ ਲਈ ਜ਼ਰੂਰੀ ਹੋ ਗਿਆ ਕਿ ਦੋਨੋਂ ਵਾਰੀ ਉਹ ਮਲੋਟ ਆਏ ਔਰ ਦੋਨੋਂ ਵਾਰੀ ਮਲੋਟ ਆ ਕੇ ਉਹਨਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ। ਉਹਦਾ ਦੂਜਾ ਨਿਚੋੜ ਇਹ ਸੀ ਕਿ ਅਸੀਂ ਖੇਤ 'ਚੋਂ ਬੀਜੀਆਂ ਖੁਸ਼ੀਆਂ, ਬਨ ਖੁਦਕੁਸ਼ੀਆਂ ਕਿਉਂ ਉੱਗੀਆਂ। ਇਹ ਰੁੱਤ ਹੈ ਕਿਹੜੇ ਤੌਰ ਦੀ, ਇਹ ਮੌਸਮ ਕਿਸ ਹਿਸਾਬ ਦਾ, ਕੀ ਦੱਸੀਏ ਹਾਲ ਪੰਜਾਬ ਦਾ, ਕੀ ਦੱਸੀਏ ਹਾਲ ਪੰਜਾਬ ਦਾ। ਅਗਲਾ ਗੀਤ ਕਰਨਵੀਰ ਸੰਧੂ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੇ 2011 ਬੈਚ ਵਾਲੇ ਅਤੇ 12 ਵਾਲੇ ਕਿੱਥੇ ਆ? ਸੋ ਕਾਲਜ ਛੱਡੇ ਨੂੰ ਕਾਫੀ ਟਾਈਮ ਹੋ ਗਿਆ, ਸਾਲ ਹੀ ਹੋ ਚੱਲਿਆ, ਪਰ ਦਿਲ ਹਜੇ ਵੀ ਇੱਥੇ ਹੀ ਹੈ। ਸੋ ਉਸੇ ਬੇਸ 'ਤੇ 2-4 ਲਾਈਨਾਂ। ਜਦ ਕਿਧਰੇ ਕਾਲਜ ਦੇ ਕੋਲੋਂ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਜਦ ਕਿਧਰੇ ਕਾਲਜ ਦੇ ਕੋਲੋਂ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਨੇ, ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ। ਪੱਗ ਬੰਨਣੀ ਫਿਰ ਪੱਗ ਦਾ ਲੋਟ ਨਾ ਆਉਣਾ, ਸੜਕਾਂ ਉੱਤੇ ਪੁਲਿਸ ਵੇਖ ਕੇ ਬੁਲਟ ਭਜਾਉਣਾ। ਪੱਗ ਬੰਨਣੀ ਫਿਰ ਪੱਗ ਦਾ ਲੋਟ ਨਾ ਆਉਣਾ, ਪੁਲਿਸ ਵੇਖ ਕੇ ਸੜਕਾਂ ਉੱਤੇ ਬੁਲਟ ਭਜਾਉਣਾ। ਜੱਟ ਬੂਟ ਜਦ ਸ਼ਹਿਰ 'ਚ ਡੇਰਾ ਲਾਉਂਦੇ ਨੇ। ਵੈਸੇ ਆਪਾਂ ਪਿੰਡਾਂ ਵਾਲੇ ਫੀਲਿੰਗ ਲੈ ਜਾਂਦੇ ਕਿ ਜੱਟ ਘੈਂਟ ਹੁੰਦਾ, ਪਰ ਸ਼ਹਿਰ 'ਚ ਆਪਾਂ ਨੂੰ ਦੱਸਾਂ ਕੀ ਕਹਿੰਦੇ ਆ, ਜੱਟ ਅਗਲ ਘੱਟ, ਜੱਟ ਗਵਾਰ, ਜੱਟ ਦੇਸੀ। ਪਰ ਭਰਾਵਾ ਸਾਨੂੰ ਇਹ ਤਾਂ ਨਹੀਂ ਪਤਾ ਅਸੀਂ ਦੇਸੀ ਹਾਂ ਕਿ ਗਵਾਰ ਹਾਂ, ਪਰ ਇੱਥੋਂ ਲੈ ਕੇ ਉਹ ਵੇਗਸ ਤੱਕ ਪੰਜਾਬੀਆਂ ਨੇ ਗਿੜਦਾ ਪਾਇਆ ਪਿਆ, ਇੱਕੋ ਸੰਗੀਤ ਹੈ ਜਿਹੜਾ ਪੂਰੀ ਦੁਨੀਆ 'ਚ ਵੱਜਦਾ। ਪੰਜਾਬੀ ਦੇ ਨਾਂ 'ਤੇ ਤਾਲੀ ਮਾਰ ਦਿਓ ਬਾਈ। ਉਹ ਜੱਟ ਬੂਟ ਜਦ ਸ਼ਹਿਰ 'ਚ ਡੇਰਾ ਲਾਉਂਦੇ ਨੇ, ਆਲੋਕੜ ਵਰਗੀਆਂ ਲਾਲੀਆਂ ਫਿਰ ਭਰਮਾਉਂਦੀਆਂ ਨੇ। ਉਹ ਜਦ ਕਿਧਰੇ ਕਾਲਜ ਦੇ ਕੋਲ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਤੇ ਜੱਟਾਂ ਦੀ ਇੱਕ ਖਾਸੀਅਤ ਇਹ ਹੁੰਦੀ, ਸਹੇਲੀ ਬਹੁਤ ਛੇਤੀ ਬਣਦੀ ਹੈ। ਸੋ ਜਿਹਨਾਂ ਦੀ ਸਹੇਲੀ ਬਣ ਜਾਂਦੀ ਔਖੇ ਸੌਖੇ ਡਿਗਰੀ ਕਰ ਲੈਂਦੇ ਆ। ਸੋ ਆਪਦੀ ਸਹੇਲੀ ਨੂੰ ਥੈਂਕ ਯੂ, ਉਹ ਕਿਵੇਂ ਕਰਦਾ। ਉਹ ਬੱਲੇ ਮਿੱਠੀਏ ਨੀ ਤੇਰੀਆਂ ਦਲੇਰੀਆਂ, ਕਰੇ ਪੂਰੀਆਂ ਅਸਾਈਨਮੈਂਟਾਂ ਮੇਰੀਆਂ। ਉਹ ਬੱਲੇ ਮਿੱਠੀਏ ਨੀ ਤੇਰੀਆਂ ਦਲੇਰੀਆਂ, ਕਰੇ ਪੂਰੀਆਂ ਅਸਾਈਨਮੈਂਟਾਂ ਮੇਰੀਆਂ। ਉਹ ਤੇਰੇ ਨਾਲ ਫੋਨ ਉੱਤੇ ਗੱਲਾਂ ਕਰਦਾ, ਅਸੀਂ ਰਾਤਾਂ ਜਾਗ ਜਾਗ ਸੋਹਣੀਏ ਹਨੇਰੀਆਂ। ਉਹ ਬੱਲੇ ਮਿੱਠੀਏ ਨੀ ਤੇਰੀਆਂ ਦਲੇਰੀਆਂ, ਕਰੇ ਪੂਰੀਆਂ ਅਸਾਈਨਮੈਂਟਾਂ ਮੇਰੀਆਂ। ਲੈਕਚਰ ਉਕਚਰ ਘੱਟ ਹੀ ਲੱਗਦੇ ਸੀ। ਉਹ ਮੇਰੇ ਤੋਂ ਡਿਊਟ ਸੀ ਨਾ ਹੋਇਆ ਕਦੇ ਪੂਰਾ, ਉਹ ਜਦੋਂ ਵੀ ਟਰਾਈ ਕੀਤੀ ਰਹਿ ਗਿਆ ਅਧੂਰਾ। ਉਹ ਮੇਰੇ ਤੋਂ ਡਿਊਟ ਸੀ ਨਾ ਹੋਇਆ ਕਦੇ ਪੂਰਾ, ਜਦੋਂ ਵੀ ਟਰਾਈ ਕੀਤੀ ਰਹਿ ਗਿਆ ਅਧੂਰਾ। ਮੈਂ ਤੇਰੇ ਕਰਕੇ ਗ੍ਰੈਜੂਏਟ ਹੋ ਗਿਆ, ਉਹ ਮਿਹਰਬਾਨੀਆਂ ਰਕਾਂ ਨੇ ਸਭੇ ਤੇਰੀਆਂ। ਉਹ ਬੱਲੇ ਮਿੱਠੀਏ ਨੀ ਤੇਰੀਆਂ ਦਲੇਰੀਆਂ, ਕਰੇ ਪੂਰੀਆਂ ਅਸਾਈਨਮੈਂਟਾਂ ਮੇਰੀਆਂ। ਤੇ ਚੱਟਾਂ ਨੇ ਜਦੋਂ ਕਾਲਜ ਵਾਲਾ ਹੁੰਦਾ, ਸਵੇਰੇ ਪੱਠੇ ਪੁੱਠੇ ਪਾ ਕੇ ਹੈ ਨਾ ਸਾਰਾ ਕੁਛ ਕਰਨਾ, ਉਹਦਾ ਸ਼ਹਿਰੀਆਂ ਨੂੰ ਕੀ ਸੁੱਤੇ ਉੱਠ ਕੇ ਆ ਜਾਂਦੇ ਆ। ਕਹਿੰਦੇ ਸੀਗਾ ਪੜ੍ਹਾਈ ਦਾ ਫਿਕਰ ਉੱਤੋਂ ਘਰ ਦਾ ਵੀ ਕੰਮ ਨੀ, ਕਰ ਕਰ ਆਹੀ ਮੇਰਾ ਮੱਛ ਗਿਆ ਚਮਣੀ। ਪੜ੍ਹਾਈ ਦਾ ਫਿਕਰ ਉੱਤੋਂ ਘਰ ਦਾ ਵੀ ਕੰਮ ਨੀ, ਕਰ ਕਰ ਆਹੀ ਮੇਰਾ ਮੱਛ ਗਿਆ ਚਮਣੀ। ਮੈਂ ਅੱਧੀ ਰਾਤ ਖੇਤਾਂ ਵਿੱਚ ਨੱਕੇ ਮੋੜਦਾ, ਦਿਨੇ ਕਲਾਸ ਵਿੱਚ ਨੀਂਦ ਪਾਉਂਦੀ ਘੇਰੀਆਂ।
ओ बल्ले मिठिए नी तेरिया दलेरिया करे पूरिया असाइनमेंटा मेरिया ओ मेरे नाल लगी दासी तैनू बड़ा चाणी आ मुक्या कालज हो गए वखो वखरानी ओ मेरे नाल लगी दासी तैनू बड़ा चाणी आ मुक्या कालज हो गए वखो वखरानी तू जिथे जावे खुश रवे जाने मेरिए ओट रब दी दऊगा हला शेरिया ओ बल्ले मिठिए नी तेरिया दलेरिया करे पूरिया असाइनमेंटा मेरिया भाई ताली मार दे के भंगड़ा लेंदे सी नजारे बिच जी डी बी दे सारे ओ यारा नाल बुल्ले लुट्टी दे सी मुटियारे पर जदों दी सी पढ़ाई वारी वारी फिर आह निक्किया ने जिंदा जिम्मेवारिया ने पारी ओ घर दे सी फन बिच वतना दे सारे हो गए ते बस मजबूरिया दे मारे ਸੋਨੇ ਦੇ ਕਰਦੇ
ਕੱਟ ਗਈਆਂ ਮਿੱਟੀ ਵਿੱਚ ਲੈਂਦੜੇ ਉਹ ਘਰ ਦੇ ਚੁੰਡੀਆਂ ਨੇ ਘਰ ਦੇ ਚੁੰਡੀਆਂ ਨੇ
ਮੈਨੂੰ ਬਹੁਤ ਨਿਕਲਾ ਸਾਜੇ।